ਪਹਿਲਾਂ ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਮੂੰਹੋਂ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਜਿਹੜੀ ਆਪਣੀ ਇੱਕ ਛੋਟੀ ਜੀ ਜਿਹੜੀ ਹੈ ਇੰਟਰੋਡਕਸ਼ਨ ਜਾਣ ਪਛਾਣ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਬੁੱਢਾ ਦਲ, ਸਾਰੇ ਤਰਨਾ ਦਲ, ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਮੁਖੀ ਸਹਿਬਾਨ ਉਹ ਸਾਰੇ ਅੱਜ ਦਿੱਲੀ ਕਿਸਾਨ ਬਚਾਓ ਮੋਰਚੇ ਦੇ ਵਿੱਚ ਸਾਰੇ ਜਾਣੇ ਪਹੁੰਚੇ ਹੋਏ ਹੈ। ਸੋ ਸਾਰੇ ਜਾਣਿਆਂ ਦੀ ਕਿਸਾਨਾਂ ਦੇ ਮੋਰਚੇ ਨੂੰ ਫੁੱਲ ਹਮਾਇਤ ਹੈ। ਹਾਂਜੀ ਬਾਬਾ ਜੀ, ਬਹੁਤ ਸਾਰੇ ਜਿਹੜੇ ਲੋਕ ਨੇ, ਜਿਹੜੀ ਆਮ ਜਨਤਾ, ਉਹਨਾਂ ਨੂੰ ਜਿਹੜਾ ਕਹਿ ਲਓ ਕਿ ਗੋਦੀ ਮੀਡੀਆ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨਿਹੰਗ ਸਿੰਘਾਂ ਦੇ ਜੱਥੇ ਆਏ ਨੇ ਉਹ ਜਿਹੜੇ ਹੈ ਕਿ ਲੋਕਾਂ ਨੂੰ, ਜਿਹੜੀ ਆਮ ਪਬਲਿਕ ਆ, ਉਹਨਾਂ ਨੂੰ ਤੰਗ ਕਰਨ ਲਈ ਆਏ ਆ। ਉਹਨਾਂ ਬਾਰੇ ਜਿਹੜਾ ਹੈ ਤੁਸੀਂ, ਸਾਡੇ ਜਿਹੜੀ ਜਨਤਾ ਹੈ ਜਿਹੜੀ ਡਰ ਰਹੀ ਹੈ, ਉਹਨਾਂ ਨੂੰ ਜ਼ਰਾ ਸਪਸ਼ਟ ਕਰ ਦਿਓ ਕਿ ਤੁਸੀਂ ਇੱਥੇ ਸਿਰਫ ਜਿਹੜੇ ਸਾਡੇ ਕਿਸਾਨ ਭਾਈਚਾਰਾ ਹੈ ਉਹਨਾਂ ਦੇ ਜਿਹੜਾ ਜਿੱਦਾਂ ਉਹ ਸ਼ਾਂਤੀਪੂਰਵਕ ਚੱਲ ਰਹੇ ਨੇ ਉਵੇਂ ਹੀ ਤੁਸੀਂ ਉਹਨਾਂ ਦਾ ਸਮਰਥਨ ਕਰਨ ਆਇਓ। ਹਾਂਜੀ, ਸਮੂਹ ਦੇਸ਼ ਔਰ ਵਿਦੇਸ਼ ਦੀਆਂ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰ ਜਿਹੜੇ ਸਿੱਧੇ ਕਿਸਾਨ ਬਚਾਓ ਮੋਰਚੇ ਦੇ ਉੱਤੇ ਜਿਨ੍ਹਾਂ ਦੀ ਅੱਖ ਹੈ ਸਾਰੇ ਜਿਹੜੇ ਉਹ ਦੇਖ ਰਹੇ ਨਾਲ ਦੀ ਨਾਲ ਲਾਈਵ ਵੀ ਕੀ ਕੁਝ ਦਿੱਲੀ ਦੇ ਵਿੱਚ ਵਾਪਰ ਰਿਹਾ। ਸੋ ਜਿੰਨੇ ਕਿਸਾਨ ਜਥੇਬੰਦੀਆਂ ਹਨ ਸਾਰੀਆਂ ਇਸ ਵੇਲੇ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੀ ਆ ਸੰਗਤ ਬਹੁਤ ਵੱਡੇ ਪੱਧਰ ਦੇ ਉੱਤੇ ਆ ਕੇ ਇੱਥੇ ਸਿੰਘੂ ਬਾਰਡਰ ਦੇ ਉੱਤੇ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਅਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ, ਕਿਉਂਕਿ ਸਾਡੇ ਆਪਣੇ ਕਿਸਾਨ ਹਨ, ਸਾਡੇ ਆਪਣੇ ਬਜ਼ੁਰਗ ਹਨ ਔਰ ਸਾਡੀਆਂ ਆਪਣੀਆਂ ਜਥੇਬੰਦੀਆਂ। ਸੋ ਅਸੀਂ ਸਾਰੇ ਜਾਣੇ ਜਿੰਨੇ ਵੀ ਨਿਹੰਗ ਸਿੰਘ ਸਾਰੀਆਂ ਫੌਜਾਂ ਆ ਉਹ ਇਸੇ ਕਰਕੇ ਸਾਰੇ ਸਮਰਥਨ ਦੇਣ ਵਾਸਤੇ ਆਏ ਹਾਂ ਕਿ ਜੋ ਇਹ 3 ਬਿੱਲ ਹਨ ਉਹਨਾਂ ਨੂੰ ਵਾਪਸ ਅਸੀਂ ਹਰ ਹਾਲਤ ਦੇ ਵਿੱਚ ਕਰਾਵਾਂਗੇ। ਸੋ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨਹੀਂ, ਪੂਰਾ ਸੰਤ ਸਮਾਜ, ਕਾਰ ਸੇਵਾ ਵਾਲੇ ਬਾਬੇ ਔਰ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਔਰ ਪੰਜਾਬ ਦੇ ਵਿੱਚ ਉਹ ਸਾਰੀਆਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਸਮਾਜ ਸੇਵਾ ਦੇ ਕੰਮ ਕਰਦੇ ਆ ਔਰ ਵਿਦੇਸ਼ਾਂ ਵਿੱਚੋਂ NRI ਵੀਰ ਸਾਰੇ ਪਹੁੰਚੇ ਹੋਏ ਆ। ਸੋ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦਾ ਤਾਂ ਜਿਹੜਾ ਹੈਗਾ ਰਵਾਇਤੀ ਹਥਿਆਰ ਸ਼ਸਤਰ ਜਿਹੜੇ ਆ ਘੋੜੇ ਉਹਨਾਂ ਦੇ ਕੋਲ ਹੁੰਦੇ ਹੀ ਹੁੰਦੇ ਆ। ਸੋ ਉਹਨਾਂ ਦਾ ਤੁਸੀਂ ਦੇਖਦੇ ਹਾਂ ਆਪਾਂ ਹੋਲੇ ਮਹੱਲੇ ਦੇ ਉੱਤੇ ਵੀ ਆਪਾਂ ਬਹੁਤ ਵੱਡੇ ਪ੍ਰਦਰਸ਼ਨ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਕਰਦੀਆਂ, ਇਹ ਇਹਨਾਂ ਦੀਆਂ ਰਵਾਇਤੀ ਖੇਡਾਂ ਨੇ। ਸੋ ਮਹੱਲੇ ਕੱਢਣੇ, ਘੋੜ ਸਵਾਰੀ ਕਰਨੀ, ਨੇਜੇਬਾਜ਼ੀ ਕਰਨੀ, ਗੱਤਕਾ ਖੇਡਣਾ, ਇਹ ਗੁਰੂ ਕੀ ਫੌਜ ਦਾ ਜਿਹੜਾ ਮੁੱਖ ਕਰਤੱਵ ਹੈ। ਸੋ ਗੁਰੂ ਕੀ ਫੌਜ ਜਿਹੜੀ ਹੈ ਉਹ ਇਸ ਵੇਲੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੋਰਚੇ ਦੇ ਵਿੱਚ ਹੈਲਪ ਦੇਣ ਵਾਸਤੇ, ਨਾਲ ਵੱਡਾ ਸਹਿਯੋਗ ਦੇਣ ਵਾਸਤੇ, ਉਹਨਾਂ ਦੇ ਨਾਲ ਖੜ੍ਹਨ ਵਾਸਤੇ ਆਈਆਂ। ਜੇ ਅਸੀਂ ਕੁਝ ਆਪਣੀ ਮਰਜ਼ੀ ਨਾਲ ਕਰਨਾ ਹੁੰਦਾ ਤਾਂ ਫਿਰ ਅਸੀਂ ਸਿੱਧੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਾ ਕੇ ਅਸੀਂ ਆਪਣਾ ਨਿਸ਼ਾਨ ਸਾਹਿਬ ਚਲਾਉਣਾ ਸੀ, ਪਰ ਅਸੀਂ ਇਸ ਵੇਲੇ ਜਾਬਤੇ ਵਿੱਚ ਰਹਿ ਕੇ ਪੂਰੇ ਸ਼ਾਂਤਮਈ ਢੰਗ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਹਿਯੋਗ ਦੇਣ ਵਾਸਤੇ ਆਏ ਹਾਂ। ਔਰ ਹਾਂ, ਜਿੱਥੇ ਸਾਰੇ ਕਿਸਾਨਾਂ ਨੇ ਦਿੱਲੀ ਨੂੰ ਬਾਰਡਰਾਂ ਨੂੰ ਘੇਰਿਆ ਹੋਇਆ ਉੱਥੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਕਿਉਂਕਿ ਤਿਆਰ ਬਰ ਤਿਆਰ ਆ ਸਾਰੀਆਂ ਫੌਜਾਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ, ਉਹਨਾਂ ਨੇ ਕਿਸਾਨਾਂ ਲਈ, ਮਜ਼ਦੂਰਾਂ ਲਈ, ਮਜ਼ਲੂਮਾਂ ਲਈ, ਦੁਖੀਆਂ ਦੇ ਨਾਲ ਖੜ੍ਹਨ ਵਾਸਤੇ ਸਾਡੀ ਫੌਜ ਬਣਾਈ ਆ। ਸੋ ਇਸ ਕਰਕੇ ਅਸੀਂ ਕਿਸਾਨਾਂ ਦੇ ਹੱਕਾਂ ਲਈ, ਪੰਜਾਬੀਆਂ ਦੇ ਹੱਕਾਂ ਲਈ, ਅਸੀਂ ਵੀ ਸਾਰੇ ਪੰਜਾਬੀ ਹਾਂ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਖੜੀਏ। ਪਰ ਅਸੀਂ ਪੂਰੇ ਜਾਬਤੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਇਹ ਸਾਰੇ ਮਾਹੌਲ ਦੇ ਵਿੱਚ ਰਹਿ ਕੇ ਪੂਰਾ ਸਹਿਯੋਗ ਦੇ ਰਹੇ ਹਾਂ। ਔਰ ਜੇ ਮੰਗਾਂ ਨਾ ਮੰਨੀਆਂ ਗਈਆਂ ਫਿਰ ਵੀ ਅਸੀਂ ਆਪਣੇ ਤੌਰ 'ਤੇ ਹਜੇ ਸਿੱਧੀ ਕਾਰਵਾਈ ਨਹੀਂ ਕਰਨੀ, ਕਿਉਂਕਿ ਸਾਰੀ ਸੰਗਤ ਦੀ ਗੱਲ ਹੈ, ਪੂਰੇ ਪੰਜਾਬ ਦੀ, ਸਾਰੇ ਇੰਡੀਆ ਦੀ ਇਸ ਵੇਲੇ ਗੱਲ ਹੈ। ਇਸ ਕਰਕੇ ਜੋ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਰਲ ਕੇ ਸਾਰੀਆਂ ਫੈਸਲਾ ਲੈਣਗੀਆਂ, ਰਣਨੀਤੀ ਬਣਾਉਣਗੀਆਂ, ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰੇ ਜਾਣੇ ਫੈਸਲਾ ਲਵਾਂਗੇ, ਨਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਕਾਰਜ ਕਰਾਂਗੇ। ਸੋ ਪਹਿਲਾਂ ਵੀ ਕੋਈ ਮਰਜ਼ੀ ਨਾਲ ਨਹੀਂ ਕੀਤਾ, ਜਿਹੜੇ ਨਿਹੰਗ ਸਿੰਘ ਘੋੜ ਸਵਾਰੀ ਲੈ ਕੇ ਬਾਰਡਰ ਦੇ ਉੱਤੇ ਅੱਗੇ ਜਾ ਰਹੇ ਨੇ ਜਾਂ ਪਿੱਛੇ ਜਾ ਰਹੇ ਨੇ, ਸ਼ਰਦਾਈਆਂ ਦੇ ਰਗੜੇ ਰਗ ਰਹੇ ਆ, ਇਹ ਇਹਨਾਂ ਦਾ ਰੋਜ਼ ਦਾ ਨਿੱਤ ਕਰਮ ਹੀ ਹੈ। ਜਿਹੜੇ ਘੋੜੇ ਹਨ ਉਹ ਕੋਈ ਆਮ ਡੰਗਰ ਨਹੀਂ ਹੈ ਜਿਹੜਾ ਇੱਕ ਕਿੱਲੇ ਦੇ ਉੱਤੇ 24 ਘੰਟੇ ਬੱਝਾ ਰਹੂਗਾ। ਘੋੜੇ ਨੂੰ ਚਲਾਉਣਾ, ਉਹਨੂੰ ਘੁਮਾਉਣਾ, ਫਰਾਉਣਾ, ਜਿਹੜਾ ਉਹ ਰੋਜ਼ ਦਾ ਉਹਨਾਂ ਦਾ ਨਿੱਤ ਦਾ ਕਰਮ ਹੈ ਫੌਜਾਂ ਦਾ। ਸੋ ਇਸ ਕਰਕੇ ਰੋਜ਼ ਜਿਹੜੀ ਥੋੜ੍ਹੀ ਬਹੁਤੀ ਘੋੜ ਸਵਾਰੀ ਹੁੰਦੀ ਹੈ, ਕੋਈ ਗੱਤਕੇ ਦੇ ਜ਼ੋਰ ਦਿਖਾਏ ਜਾ ਰਹੇ ਆ, ਇਹ ਇਹਨਾਂ ਦੇ ਰੋਜ਼ ਦੇ ਕਰਤੱਵ ਆ, ਇਹ ਇਹਨਾਂ ਦੀ ਰਿਹਰਸਲ ਹੀ ਆ, ਇਹਨਾਂ ਦੀ ਪ੍ਰੈਕਟਿਸ ਆ ਰੋਜ਼ ਦੀ। ਸੋ ਇਸ ਕਰਕੇ ਅਜੇ ਤੱਕ ਕੋਈ ਇਹੋ ਜਿਹਾ ਮਾਹੌਲ ਨਹੀਂ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਕਿਸੇ ਨੂੰ ਡਰਾਉਣਗੀਆਂ। ਹਾਂ, ਮੋਦੀ ਸਰਕਾਰ ਨੂੰ ਜ਼ਰੂਰ ਡਰਾ ਰਹੀਆਂ ਸਾਰੀਆਂ, ਉਹਦਾ ਜ਼ਰੂਰ ਉਹਨਾਂ ਦਾ ਦਿਲ ਬੜਾ ਕੰਬ ਰਿਹਾ ਆ। ਹਾਂ, ਜਦੋਂ ਕਿਤੇ ਕੋਈ ਸਾਰੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਹੋਣਾ,
गुरु नानक देव जी महाराज जी ने काजी रुकनदीन नूं इह सारियां गल्लां लिखियां आ कि दिल्ली तख्त पर बहेगी आप गुरु की फौज, छत्र झुलेंगे सीस पर बड़ी करेंगी मौज। सो एक दिन खालसे दा राज ते होना ही होना, पर वो वखरे ढंग नाल अगे भी खालसे ने जिहड़ा 18-19 बार दिल्ली नूं फतेह कीता। पर यह जिहड़ा प्रोग्राम है ये किसानां दे संघर्ष दे विच असीं सहयोग देण वास्ते आए हाँ। वो जदों फिर दिल्ली नूं फतेह करन वास्ते कल्ले निहंग सिंह आउणगे, वो फिर जां होर सारा पंथ जदों रल के आऊगा, वो फिर दिल्ली नूं फतेह करके जावांगे। हुण असीं इस वेले जिहड़े दिल्ली दे सरकार ने, केंद्र सरकार ने तिन्ने जिहड़े काले कानून बनाए आ उन्हां नूं रद्द करन वास्ते असीं समुच्चियां किसान जथेबंदियां दे नाल मोढे नाल मोढा जोड़ के असीं सारे खड़े हां। अच्छा बाबा जी, असीं वेख रहे सीगे काफ़ी देर तो जिद्दां संघर्ष जदों दा चल रहा उदों दा ही साडी टीम इहदे नाल जुड़ी हुई है, ते असीं वेख्या कि तुसीं सब तो अगे जिहड़े है तुहाडी जिहड़ी फौज आ उह खड़ी है। इहदा मतलब इह है कि अगर कुछ भी हुंदा है तां किसानां तों पहलां उहनां नूं तुहाडा सामना करना पवेगा। बिल्कुल, इहदे विच कोई शक नहीं है, क्योंकि जिन्ने साडे किसान वीर आ जे इह किते लड़न दी नीति ना आउंदे ते सारे जाणे अपने रवायती इह वी डांग सोटे हथियार नाल लै के आउंदे, पर लेकिन साडी फौज दे कोल तां इह तैयार बर तैयार आ। गुरु का खालसा, इहनां कोल रवायती शस्त्र हुंदे ही हुंदे आ। सो साडा फर्ज़ भी बनदा आ असीं सारिआं दी अपने पंजाब दी राखी लई, अपने किसानां दी राखी लई, भैणां बीबियां बजुर्ग जिहड़े साडे नाल आए आ, जेकर पुलिस कोई अटैक करदी आ, कोई धक्केशाही करदी आ, उहनां नूं रोकण वास्ते हुण भी तुसीं देख लो निहंग सिंघां ने जिहड़े अपने घोड़े आ उह दिल्ली दा बार्डर पार करके सिंघू बार्डर दे पार परले पासे जा के उन्होंने अपने घोड़े पालकी साहब सारा उन्होंने राजसाज अपना बन्निया। सो जे चाहुंदे तां इह कद दे मोदी दी कोठी नूं घेरा पा सकदे सी, पर नहीं, जाबते च रहण करके सारिआं दे नाल सहयोग नाल चलण करके किसानां दा मोर्चा करके असीं तां मूहरे सारे डट के खड़े हाँ। जे कोई किसानां दे उत्ते किसे तरां दी भी गल आऊगी, इह निहंग सिंघ फौजां शस्त्रधारी फौजां जिहड़ियां उह अगे हो के लड़नगियां। बहुत बहुत धन्यवाद तुहाडा बाबा जी। ते हाँ जी, तुसीं